ਇਹ ਹੁਣ ਤੁਸੀਂ ਕੀ ਕਰਨ ਲੱਗੇ ਹੋ ਤੁਸੀਂ ਆਪਦੀ ਜਾਨ ਜੋਖਮ ਚ ਪਾਉਨੇ ਹੋ ਇੱਥੇ ਇਹ ਤੁਹਾਨੂੰ ਦਿਖਾਉਣਾ ਪਿਆ ਵੀ ਇਹ ਤਕਰੀਬਨ 4 ਫੁੱਟ 3.5 ਫੁੱਟ ਦਾ ਡੂੰਘਾ ਟੋਆ ਹੋਇਆ ਪਿਆ ਆ ਇਹ ਪ੍ਰਸ਼ਾਸਨ ਨੂੰ ਦਿਖਦਾ ਨਹੀਂਗਾ ਰਾਤ ਦਾ ਇਹ ਹਾਲਾਤ ਸੀਗੇ ਵੀ ਸਕੂਟਰ ਵੀ ਟ੍ਰੈਫਿਕ ਜਾਮ ਹੋਣ ਕਰਕੇ ਕਈ ਵਾਰ ਸਕੂਟਰ ਵੀ ਉੱਪਰੋਂ ਆ ਜਾਂਦੇ ਨੇ ਤੇ ਮੈਂ ਰਾਤ ਵੀ ਇਹ ਰਸਤਾ ਜਿਹੜਾ ਬੰਦ ਕਰਕੇ ਗਿਆ ਸੀ ਪਰ ਮੈਂ ਸੋਚਿਆ ਵੀ ਸਵੇਰੇ ਪ੍ਰਸ਼ਾਸਨ ਸ਼ਾਇਦ ਹਿੱਲਜੁਲ ਹੋ ਜੂਗੀ ਪਰ ਮਹਾ ਨਖਿਤ ਪ੍ਰਸ਼ਾਸਨ ਲੁਧਿਆਣੇ ਦਾ ਐਵੇਂ ਕਮਾਂ ਵੀ ਜਿੱਥੇ ਅਸੀਂ ਆਪ ਕਰਦੇ ਸੀ ਉੱਥੇ ਮੈਨੂੰ ਲੱਗਦਾ ਸਾਨੂੰ ਪਾਪ ਕਹਿਣਾ ਪਊਗਾ ਵੀ ਸਾਡੇ ਤੋਂ ਪਾਪ ਹੋ ਗਿਆ ਕਿਉਂਕਿ ਪ੍ਰਸ਼ਾਸਨ ਨੇ ਉਨੀ ਹਿੱਲਜੁਲ ਨਹੀਂ ਦਿਖਾਈ ਜਿੰਨੀਆਂ ਸਾਨੂੰ ਉਮੀਦਾਂ ਸੀਗੀਆਂ ਜਦੋਂ ਮੈਂ ਦੇਖਦਾ ਇਹਨਾਂ ਚੀਜ਼ਾਂ ਨੂੰ ਮੇਰਾ ਮਨ ਪਚੀਚਿਆ ਜਾਂਦਾ ਜੀ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਨੂੰ ਦਿਲ ਕਰਦਾ ਵੀ ਇਹ ਕਿਉਂ ਹਾਲਾਤ ਨੇ ਮਿੱਟੀ ਦੀ ਇਹ ਹਾਲਾਤ ਨੇ ਆ ਮਿੱਟੀ ਦੀ ਟਰਾਲੀ ਵਿੱਚੋਂ ਕੱਢਤੀ ਚੂਹਿਆਂ ਨੇ ਪਰ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਔਰ ਰਾਤ ਨੂੰ ਤਾਂ ਇੱਥੇ 100-150 ਚੂਹਾ ਖੇਡਦਾ ਹੁੰਦਾ ਕਿਉਂਕਿ ਆ ਖਾਣ ਨੂੰ ਲੋਕ ਹਾਂ ਲੋਕ ਇੱਥੇ ਖਾਣ ਨੂੰ ਕੁਛ ਨਾ ਕੁਛ ਪਾ ਜਾਂਦੇ ਨੇ ਮੈਨੂੰ ਰਾਤ ਦੀ ਮੇਰੀ ਨੀਂਦ ਹਰਾਮ ਹੋ ਜਾਂਦੀ ਮੈਨੂੰ ਤਾਂ ਸੁਪਨੇ 'ਚ ਵੀ ਸੜਕਾਂ ਦੇ ਖੱਡੇ ਦਿਖਦੇ ਰਹਿੰਦੇ ਨੇ ਮੇਰਾ ਸੁਭਾਅ ਹੀ ਇਦਾਂ ਦਾ ਔਰ ਇਹਦੇ ਨਾਲ ਮੈਨੂੰ ਲੱਗਦਾ ਮੇਰਾ BP ਵੀ ਵੱਧ ਜਾਂਦਾ ਕਈ ਵਾਰੀ ਘਰ ਦੇ ਵੀ ਰਾਤ ਨੂੰ ਜਦੋਂ ਕਈ ਵਾਰ ਸੁੱਤਾ ਪਿਆ ਬੋਲ ਪੈਂਦਾ ਉਹ ਵੀ ਕਹਿੰਦੇ ਕੀ ਗੱਲ ਹੋ ਗਈ ਹਿਲਾ ਕੇ ਪੁੱਛਦੇ ਨੇ ਲੁਧਿਆਣਾ ਸ਼ਹਿਰ ਜਿਹੜਾ ਆ ਇੱਕ ਤਰੀਕੇ ਨਾਲ ਅੱਗ ਦਾ ਗੋਲਾ ਬਣਿਆ ਪਿਆ ਹੈ ਥਾਂ ਥਾਂ ਕੂੜੇ ਢੇਰ ਨੇ ਆਪੇ ਅੱਗ ਲੱਗ ਜਾਂਦੀ ਹੈ ਇੰਨਾ ਜ਼ਿਆਦਾ ਟੈਂਪਰੇਚਰ ਹੈ ਮੈਂ ਵੀਡੀਓ ਪਿੱਛੇ ਹੁਣ ਬਣਾਉਣ ਆਇਆ ਸੀਗਾ ਮੇਰਾ ਫੋਨ ਬੰਦ ਹੋ ਗਿਆ ਟੈਂਪਰੇਚਰ ਹਾਈ ਦੱਸਣ ਲੱਗ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਦੀਪ ਸਿੰਘ ਲੰਮੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਸਾਡੇ ਲੁਧਿਆਣੇ ਦੇ ਵਿੱਚ ਫਲਾਈਓਵਰ ਜਿਹੜੇ ਨੇ ਬਣੇ ਹੋਏ ਨੇ ਬਹੁਤ ਜ਼ਿਆਦਾ ਨੇ ਬਹੁਤ ਪੁਲ ਬਣਾਏ ਗਏ ਨੇ ਤਾਂ ਕਿ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ ਇਸ ਦੇ ਨਾਲ ਨਾਲ ਇਹ ਵੀ ਕਿ ਜਿਹੜੇ ਲੋਕ ਹਾਈਵੇਸ ਤੋਂ ਡਾਇਰੈਕਟ ਕਿਸੇ ਹੋਰ ਜਗ੍ਹਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਲਿੰਕ ਕੀਤਾ ਜਾਂਦਾ ਰੋਡਸ ਨੂੰ ਲੇਕਿਨ ਹਾਈਵੇ ਬਣਨ ਤੋਂ ਬਾਅਦ ਖਿਆਲ ਕਿੰਨਾ ਰੱਖਿਆ ਜਾਂਦਾ ਤੁਹਾਨੂੰ ਦਿਖਾਉਂਦੇ ਹਾਂ ਇਹ ਸਾਹਮਣੇ ਤਸਵੀਰਾਂ ਨੇ ਕਿ ਪੁਲ ਦੇ ਹਾਲਾਤ ਕੀ ਨੇ ਮਿੱਟੀ ਧਸ ਚੁੱਕੀ ਹੈ ਅਤੇ ਇਸ ਜਗ੍ਹਾ ਦੇ ਉੱਤੇ ਜਿਹੜੀਆਂ ਉੱਪਰ ਫੁੱਟਪਾਥ ਦੇ ਉੱਤੇ ਟਾਈਲਾਂ ਜਿਹੜੀਆਂ ਲਗਾਈਆਂ ਗਈਆਂ ਸੀਗੀਆਂ ਉਹ ਸਾਰੀਆਂ ਧਸ ਚੁੱਕੀਆਂ ਨੇ ਅਤੇ ਗੁਰਪਾਲ ਸਰਾਭਾ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰਾਭਾ ਸਾਹਿਬ ਇਹ ਹੁਣ ਤੁਸੀਂ ਕੀ ਕਰਨ ਲੱਗੇ ਹੋ ਤੁਸੀਂ ਆਪਦੀ ਜਾਨ ਜੋਖਮ 'ਚ ਪਾਉਂਦੇ ਹੋ ਇੱਥੇ ਇਹ ਤੁਹਾਨੂੰ ਦਿਖਾਉਣਾ ਪਿਆ ਵੀ ਇਹ ਤਕਰੀਬਨ 4 ਫੁੱਟ 3.5 ਫੁੱਟ ਦਾ ਡੂੰਘਾ ਟੋਆ ਹੋਇਆ ਪਿਆ ਆ ਇਹ ਪ੍ਰਸ਼ਾਸਨ ਨੂੰ ਦਿਖਦਾ ਨਹੀਂਗਾ ਪਤਾ ਨਹੀਂ ਸਾਡੇ ਅੱਖਾਂ ਅੱਡ ਲਾਈਆਂ ਨੇ ਰੱਬ ਨੇ ਜਿਹੜਾ ਸਾਨੂੰ ਦਿਖ ਜਾਂਦੇ ਨੇ ਇਹੋ ਜਿਹੇ ਟੋਏ ਔਰ ਸਾਰਾ ਜਿਹੜਾ ਪ੍ਰਸ਼ਾਸਨ ਆ ਇੱਥੋਂ ਲੰਘਦਾ ਆ ਇੱਥੋਂ ਵੱਡੇ ਵੱਡੇ ਅਫਸਰ ਲੰਘਦੇ ਨੇ ਕੀ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਵੀ ਸੜਕਾਂ ਦੇ ਹਾਲਾਤ ਕੀ ਨੇ ਕਿੱਥੇ ਐਡੀ ਮਾੜੀ ਹਾਲਾਤ ਹੈ ਫੁੱਟਪਾਥ ਦੇ ਉੱਪਰ ਲੋਕ ਲੰਘਣ ਦਾ ਕਿਵੇਂ ਲੰਘਣ ਜਾਨ ਜੋਖਮ ਵਿੱਚ ਪਾਈ ਹੈ ਲੋਕਾਂ ਨੇ ਰਾਤ ਦਾ ਇਹ ਹਾਲਾਤ ਸੀਗੇ ਵੀ ਸਕੂਟਰ ਵੀ ਟ੍ਰੈਫਿਕ ਜਾਮ ਹੋਣ ਕਰਕੇ ਕਈ ਵਾਰ ਸਕੂਟਰ ਵੀ ਉੱਪਰੋਂ ਆ ਜਾਂਦੇ ਨੇ ਤੇ ਮੈਂ ਰਾਤ ਵੀ ਇਹ ਰਸਤਾ ਜਿਹੜਾ ਬੰਦ ਕਰਕੇ ਗਿਆ ਸੀ ਪਰ ਮੈਂ ਸੋਚਿਆ ਵੀ ਸਵੇਰੇ ਪ੍ਰਸ਼ਾਸਨ ਸ਼ਾਇਦ ਹਿੱਲਜੁਲ ਹੋ ਜੂਗੀ ਪਰ ਮਹਾ ਨਖਿਤ ਪ੍ਰਸ਼ਾਸਨ ਲੁਧਿਆਣੇ ਦਾ ਅਸੀਂ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਮਾੜਾ ਨਹੀਂ ਕਹਿੰਦੇ ਕਾਰਨ ਕੀ ਹੈ ਵੀ ਉਹ ਵੀ ਸਾਡੇ ਵੀਰ ਨੇ ਪਰ ਗੱਲ ਹੈ ਵੀ ਉਹਨਾਂ ਨੂੰ ਇਹ ਦਿਖਦਾ ਨਹੀਂ ਜਾਂ ਉਹ ਕਰਨਾ ਨਹੀਂ ਚਾਹੁੰਦੇ ਕਾਰਨ ਕੀ ਹੈ ਜਾਂ ਕੋਈ ਸਰਕਾਰੀ ਦਬਾਅ ਆ ਜਿਹੜਾ ਉਹਨਾਂ ਨੂੰ ਕੰਮ ਕਰਨ ਤੋਂ ਰੋਕਦਾ ਆ ਅਸੀਂ ਬੜੇ ਚਾਵਾਂ ਨਾਲ ਆਮ ਆਦਮੀ ਦੀ ਸਰਕਾਰ ਲਿਆਂਦੀ ਸੀ ਉਮੀਦ ਕੀਤੀ ਸੀ ਵੀ ਇਹ ਆਮ ਆਦਮੀ ਦੇ ਮਸਲੇ ਹੱਲ ਹੋਣਗੇ ਪਰ ਮੈਨੂੰ ਐਵੇਂ ਕਮਾਂ ਵੀ ਜਿੱਥੇ ਅਸੀਂ ਆਪ ਕਰਦੇ ਸੀ ਉੱਥੇ ਮੈਨੂੰ ਲੱਗਦਾ ਸਾਨੂੰ ਪਾਪ ਕਹਿਣਾ ਪਊਗਾ ਵੀ ਸਾਡੇ ਤੋਂ ਪਾਪ ਹੋ ਗਿਆ ਕਿਉਂਕਿ ਪ੍ਰਸ਼ਾਸਨ ਨੇ ਉਨੀ ਹਿੱਲਜੁਲ ਨਹੀਂ ਦਿਖਾਈ ਜਿੰਨੀਆਂ ਸਾਨੂੰ ਉਮੀਦਾਂ ਸੀਗੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਮਹੀਨੇ 'ਚ ਮੁੰਡਾ ਜੰਮ ਦਿਓ ਅਸੀਂ ਇਹ ਵੀ ਨਹੀਂ ਕਹਿੰਦੇ ਪਰ ਕੁਛ ਕਰਕੇ ਤਾਂ ਦਿਖਾਓ ਉਹਦਾ ਕੋਈ ਫਾਇਦਾ ਹੀ ਨਹੀਂ ਵੀ ਤੁਸੀਂ ਸਿਰਫ ਬਿਆਨ ਦੇਈ ਜਾਵੋ ਅਤੇ ਕੁਛ ਕਾਰਵਾਈ ਕਰੋ ਨਾ ਲੋਕਾਂ ਨੂੰ ਪ੍ਰੈਕਟੀਕਲੀ ਕੰਮ ਚਾਹੀਦੇ ਨੇ ਤੁਸੀਂ ਵੀ ਬਾਹਰ ਆ ਜਾਓ ਥੋੜ੍ਹਾ ਜਿਹਾ ਇਸ ਤੋਂ ਤਾਂ ਕਿ ਥੋੜ੍ਹਾ ਡੇਂਜਰ ਆ ਕੰਮ ਇਹ ਦੂਜੇ ਪਾਸੇ ਆਹ ਲਿਖਣ ਲੱਗੀ ਤਾਂ ਕਿ ਇੱਥੋਂ ਕੋਈ ਲੰਘੇ ਨਾ ਇਸ ਕਰਕੇ ਰੱਖ ਰਹੇ ਹੋ ਤੁਸੀਂ ਬਿਲਕੁਲ ਮੈਂ ਤਾਂ ਲੋਕਾਂ ਨੂੰ ਸੁਚੇਤ ਹੀ ਕਰ ਰਿਹਾ ਸੀਗਾ ਵੀ ਅਸਲ 'ਚ ਇੰਨੀ ਦੁਨੀਆ ਲੰਘਦੀ ਹੈ ਸਾਰੇ ਮੈਂ ਕਹਿੰਦਾ ਲੋਕ ਅੰਨੇ ਨੇ ਲੋਕਾਂ ਨੂੰ ਕੀ ਅਗਲਾ ਕਹਿੰਦਾ ਮੈਨੂੰ ਕੀ ਆ ਪਰ ਮੈਨੂੰ ਹੈਗਾ ਮੈਨੂੰ ਆਪਦੇ ਸ਼ਹਿਰ ਨਾਲ ਪਿਆਰ ਆ ਮੈਨੂੰ ਤਾਂ ਕਰਕੇ ਤਕਲੀਫ ਹੁੰਦੀ ਆ ਜਦੋਂ ਮੈਂ ਦੇਖਦਾ ਇਹਨਾਂ ਚੀਜ਼ਾਂ ਨੂੰ ਮੇਰਾ ਮਨ ਪਚੀਚਿਆ ਜਾਂਦਾ ਜੀ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਨੂੰ ਦਿਲ ਕਰਦਾ ਵੀ ਇਹ ਕਿਉਂ ਹਾਲਾਤ ਨੇ ਸੋ ਤੁਸੀਂ ਸਾਹਮਣੇ ਦੇਖੋ ਇੱਥੇ ਮਹਾਨ ਗੁਰਦੁਆਰਾ ਆ ਸਾਡੇ ਲੁਧਿਆਣੇ ਦਾ ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਨੇ ਉਹ ਵੀ ਤੁਰ ਕੇ ਇਸੇ ਫੁੱਟਪਾਥ ਰਾਹੀਂ ਆਹ ਪੌੜੀਆਂ ਨੇ ਤੁਹਾਨੂੰ ਮੈਂ ਦਿਖਾਉਣਾ ਔਰ ਤੁਹਾਨੂੰ ਥੱਲੇ ਹਾਲਾਤ ਦਿਖਾਉਣਾ ਵੀ ਕਿਉਂ ਵਾਪਰਿਆ ਆ ਆਹ ਜਿਹੜੇ ਤੁਸੀਂ ਪੁਲ ਦੇ ਉੱਪਰ ਖੜ੍ਹੇ ਹੋ ਨਾ ਇਹ ਪੁਲ ਸੇਫ ਨਹੀਂ ਗਾ ਅੰਦਰੋਂ ਖੋਖਲਾ ਹੋ ਚੁੱਕਿਆ ਪਰ ਪ੍ਰਸ਼ਾਸਨ ਕਹਿੰਦਾ ਵੀ ਮਿੱਟੀ ਆਪਦੇ ਗੋਂਗਲੂਆਂ ਤੋਂ ਝਾੜਨ ਵਾਲਾ ਕੰਮ ਹੈ ਉਹ ਤੁਸੀਂ ਆਹ ਦੇਖੋ ਅੱਗੇ ਦੇਖੋ ਆਹ ਦੇਖੋ ਹਾਲਾਤ ਇਹ ਇਹ ਕੀ ਆ ਇਹ ਨਰਕ ਬਣਿਆ ਹੋਇਆ ਇੱਕ ਇੱਥੇ ਹੀ ਨਹੀਂ ਗਾ ਸਾਰੇ ਪੁਲ ਦਾ ਹੀ ਇਹ ਹਾਲ ਹੈ ਅੱਗੇ ਵੀ ਜਿਹੜਾ ਦੇ ਪਏ ਸੀਗੇ ਵੀ ਮਤਲਬ ਢੇਰੀ ਲੱਗੀ ਪਈ ਆ ਮਿੱਟੀ ਦੀ ਉਹ ਕਿਹੜਾ ਸੀਗਾ ਉਹ ਕਿੱਥੇ ਆ ਮੈਂ ਤੁਹਾਨੂੰ ਦਿਖਾਉਣਾ ਆ ਆਹ ਤੁਸੀਂ ਦੇਖ ਸਕਦੇ ਹੋ ਆਹ ਪੁਲ ਦੇ ਨਾਲ ਨਾਲ ਜਦੋਂ ਆਪਾਂ ਥੱਲੇ ਆਉਂਦੇ ਹਾਂ ਇੱਥੋਂ ਭਾਵਾਂ ਤੁਸੀਂ ਦੇਖੋ ਟਰਾਲੀ ਭਾਵਾਂ ਤੁਸੀਂ ਭਰ ਲਓ ਮਿੱਟੀ ਦੀ ਇਹ ਹਾਲਾਤ ਨੇ
आ मिट्टी की ट्राली विचों कढ़ती चूहे ने पर प्रशासन अखां बंद करके बैठा है और रात नूं तां इत्थे 100-150 चूहा खेडदा हुंदा क्योंकि आ खाण नूं लोक हाँ लोग इत्थे खाण नूं कुछ ना कुछ पा जांदे ने दान पुण करन नूं होर थावां बहुत ने लोगों भी चाहिए भी जिते अनसेफ जगह ने उत्थे खाण पीन दी चीज़ां ना सुट्टिया करन ठीक है ना पर लोग तो कहिंदे हुंदे आ भी उन्हां नूं तां आपदा मुद्दा सारना उन्होंने दान पुण करना लुट के दान करन वाला काम हो गया फिर तां इह भी उहनूं मतलब नहीं भी साडे शहर नाल की हुंदा नीचे तुसीं हालात देखो मैं तुहानूं नीचे दिखाउंदा तकरीबन ला लो भी तुसीं दो ट्रक मिट्टी के जिहड़े पुल दे विच्चों निकल चुके ने आ थल्ले देखो सारियां इट्टां भुरी जांदियां ने इहदे विच पंछी रहिंदे ने उह तुसीं देखो कबूतर विच बैठा आ तो इदा ही चूहे रात को झातियां मारते हैं बहुत माड़े हालात ने सो मेरी तो बेनती है प्रशासन को भी कृपा करके प्राणी कारपोरेशन है कांग्रेस का राज सीगा उदों कख नहीं किया उन्होंने सिर्फ गल्लां दे जिहड़े ढोल वजाए ने प्रशासन के नाल जिवें गल करदे हो बेनती करते पे हुण इस वेले प्रशासन के नाल गल करन की कोशिश की कदे एप्लीकेशन लिखण की कोशिश की आ भी आह वाले साडे जिहड़े मुद्दे ने इह लुधियाणे दे जरूर सवारे जाण लिखण वाले बहुत ने साडे कोले असीं मैं रविंद्र शर्मा जी ने कहा मैं थोड़ी कलम की ताकत साढ़े नालों जा रही है मैं तो बोल सकदा चीका मार सकदा कहिंदे जदों वलवले उठते हैं ना फिर जी करता भी शहर के भले दे लई भी लोगों को सुचेत किवें कीता जा सके मैं तो सड़कों पर बह के चीका मार सकदा भी बचो बचो जिन्ना बच सकते हो क्यों इन्नी टेंशन लै रहे हो कि कहिंदे आ भी ज़्यादातर की हुंदा लोग स्ट्रैस लैके इन्नी टेंशन में चले जाते हैं कि आपदे नुकसान करा बैठते हैं तुसीं इन्ना क्यों लै लोग ना आपके घर की टेंशन लैके हुंदे आ परमात्मा ने बहुत कृपा की आ घर कन्नी असीं बहुत सुखी हाँ मैनू जिहड़े आ मुद्दे ने ना ये रात नूं सौण नहीं दिंदे मैनू रात की मेरी नींद हराम हो जाती मैनू तो सुपने च भी सड़कों के खड्डे दिखते रहिंदे ने मेरा सुभा ही इदा और मैं लगता मेरा बीपी भी वध जाता कई बार घर के भी रात में जो कई बार सुता पाया बोल पैना वह भी कहें की गल हो गई हिला के पुछते हैं क्योंकि मैनू दिखता ही ये कुछ है पता नहीं कारण की है पिंड सराबा साड़ा साढ़े खून ची जड़ा ना वो देश भगती भरी हुई है तो मन रोंदा है देख के भी मैं तो मतलब मेरा तो चित्त भर आ इन्ना शहर का बुरा हाल है उन्होंने शब्दों का बयान ही नहीं किया जाता थां थां कूड़े ढेर लगे ने पिछली सरकार ने पार्कों कूड़े डंप बनाता नवी सरकार गेड़े मार के मुड़ जाती है मंत्री संतरी विधायक सारे दो टोए भरते हैं 40 फोटो खिचाते हैं वह भी गैप हो जाते हैं मैं संतुष्ट नहीं हाँ सरकार के कामों तो संतुष्ट नहीं हाँ इसलिए मेरी बेनती आ भी बड़ा लोगों ने हम हमा के थोड़ा वोटा पाइया सगिया उन्होंने वोटों का मुल मुड़न का टाइम आ दोबारा वोटा मंगनिया नहीं पैणगियां भगवंत मान जी नूं मेरे सीधा मैं ये कहना आ भी जमीन ते आओ तुसीं हैलीकॉप्टर बेशक नहीं वरतदे पर तुसीं अजे है हवा च ही हो तुहाडे कोले पता नहीं पब्लिक लई समां नहीं तुसीं कहिंदे सी भी मैं जमीन नाल जुड़िया होया बंदा आ इसलिए मैं तुहानूं बेनती करदा भी जमीन ते जुड़ के देखो लुधियाणा शहर जिहड़ा आ एक तरीके नाल अग का गोला बनया पिया थां थां कूड़े ढेर ने आपे अग लग जाती है इन्ना ज़्यादा टैंपरेचर है मैं वीडियो पिछे हुण बनाउण आया सीगा मेरा फोन बंद हो गया टैंपरेचर हाई दसन लग गया तो मैनू इतों मुड़ना पै गया बार बार फोन बंद हो जाता सी इन्ना हाई टैंपरेचर आ पर साडे जिहड़ी विच कह लो भी देश भगती दा जज्बा सानूं टिकण ही नहीं दिंदा इन्नी गर्मी दे विच तुसीं भी आए हो तुसीं भी सारे जिन्हें प्रैस वाले वीर ने सारे देश भगत ने मैं साफ लफ्जां 'च तुहानूं कहिंदा भी जिहड़े इन्नी गर्मी दे विच इन्नी धुप्प 'च इन्नी हालातां दे विच तुसीं कम करदे हो शहर दे अड अड मुड़दे रखदे हो जे सरकार हुण वी ना जागी फिर फिट्टे मूँह इहो जिहियां सरकारां दे सानूं नहीं चाहीदियां इहो जिहियां सरकारां इहदे नाल तां कह लो भी असीं बिना सरकारां तों चंगे जे असीं आप ही करने आ सोशल वर्कर टीमां दा धन्नवाद जिहड़े अड अड समें ते कम करदे ने पर फिर भी मेरी भी किसी भी सियासी जिहड़ा आ वह लाहा लैण की कोशिश ना करो कोई भी जे तुहाडे विच देश भगती का जज्बा तो उहनूं देश भगती तक ही सीमित रखो मैं तुहानूं क्लीयर कर दिया मैनूं भी लोग कह दिंदे आ भी तू इलैक्शन लड़नी है मैं मूँह ते कहना मैं गाल कढ के भी कह सकदा भी जिहड़ा कहे मैनूं मैं थुकदा नहीं गा किसी भी तरह की राजनीतिक चौधर के उपर मैं थुकदा भी नहीं क्योंकि मैनूं नफरत है कौंसलरी तो MLAship तो मैनू मतलब कहण दा भाव मैनू नफरत है राजनीति जाना ही नहीं चाहते है राजनीति मैनू लफ्ज ऐ लगता भी साले सारे झूठ का पलंदा ही ने भी ये सब जदों इन्हां नू गद्दी मिल जांदी है ना ये भुल जांदे ने बंदे नू बंदा नहीं समझते सो मेरी बेनती आ भी क्योंकि लफ्जा नाल ना मैं बहुत दुखी हाँ मैं तुहानू दस नहीं सकता बस इन्ना क दुखी हाँ मैं हाँ सो ये तुहानू तस्वीरां दिखाने द्वारा एक बार कि ये मिट्टी जिहड़ी है बाहर निकली हुई है और इस मिट्टी के कारण उपरला जिहड़ा खोखला अंदरले पासे होया पिया पुल ते
ऐदा दे ही जड़े बहुत सोशल वर्कर होंगे ने जिमें कि गुरपाल सराभा ने तो इदा के ही नौ जोड़े लोग ने अगे आते हैं गलबात करने की कोशिश की जाती है हमेशा ही तो प्रशासन भी जी है अपील की जाती है इन्होंने वालों हमेशा ही कि ध्यान रखा जाए तो हम देखना बनता कि इसका की सोल्यूशन कटा जाता है। सो वधेरी अपडेट से जुड़ो लुधियाना टाइम्स नाल कैमरामैन दीप खीवा के नाल गुरदीप सिंह लंबे लुधियाना।